ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਕਿ ਪਹਿਲੀ ਨਵੰਬਰ ਨੂੰ ਪੰਜਾਬੀ ਸੂਬੇ ਦਾ ਸਥਾਪਨਾ ਦਿਵਸ ਹੁੰਦਾ ਹੈ ਆਮ ਭਾਸ਼ਾ ਵਜੇ ਨੂੰ ਆਪਾਂ ਪੰਜਾਬ ਡੇ ਵੀ ਕਹਿ ਲੈਂਦੇ ਆ ਪਰ ਨਾਲ ਦੀ ਨਾਲ ਸਾਨੂੰ ਪੰਜਾਬੀ ਸੂਬੇ ਬਾਰੇ ਪੂਰੀ ਜਾਣਕਾਰੀ ਵੀ ਹੋਣੀ ਬੇਹੱਦ ਜ਼ਰੂਰੀ ਹੈ ਪੰਜਾਬ ਦਾ ਬਹੁਤਾ ਇਤਿਹਾਸ ਲੁਕੋਇਆ ਗਿਆ ਜਿਹਨੂੰ ਲੋਕਾਂ ਦੇ ਮੂਹਰੇ ਆਉਣ ਨਹੀਂ ਦਿੱਤਾ ਗਿਆ ਖਾਸ ਤੌਰ ਤੇ ਬੱਚਿਆਂ ਨੂੰ ਦੱਸਿਆ ਹੀ ਨਹੀਂ ਗਿਆ ਇਹਨੂੰ ਦਬਾ ਦਿੱਤਾ ਗਿਆ 1 ਨਵੰਬਰ 1966 ਨੂੰ ਪੰਜਾਬੀ ਸੂਬਾ ਹੋਂਦ ਵਿੱਚ ਆਇਆ ਸੀ ਯਾਨੀ ਹੁਣ ਦਾ ਪੰਜਾਬ ਜਿਹਦੇ ਵਿੱਚ ਅਸੀਂ ਰਹਿੰਦੇ ਆ ਸਾਡਾ ਦੇਸ਼ ਆਜ਼ਾਦ ਹੋਇਆ ਸੀ 15 ਅਗਸਤ 1947 ਨੂੰ ਇਸ ਤੋਂ ਬਾਅਦ ਜਦੋਂ ਅੰਗਰੇਜ਼ ਦੇਸ਼ ਛੱਡ ਕੇ ਚਲੇ ਗਏ ਤਾਂ ਭਾਰਤ ਅੰਦਰ ਵੱਖ-ਵੱਖ ਸੂਬੇ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋਈ ਜਿਹਨੂੰ ਕਿ ਸਟੇਟ ਆਰਗੇਨਾਈਜੇਸ਼ਨ ਯਾ ਰੀਆਰਗੇਨਾਈਜੇਸ਼ਨ ਐਕਟ ਵੀ ਕਿਹਾ ਗਿਆ ਭਾਸ਼ਾ ਦੇ ਆਧਾਰ ਉੱਤੇ ਸੂਬੇ ਬਣਾਏ ਗਏ ਖੇਤਰੀ ਸਭਿਆਤਾ ਦੇ ਆਧਾਰ ਉੱਤੇ ਸੂਬੇ ਬਣਾਉਣ ਦਾ ਕੰਮ ਸ਼ੁਰੂ ਹੋਇਆ ਸਨ 1956 ਤੱਕ ਦੇਸ਼ ਵਿੱਚ ਬਹੁਤੇ ਸੂਬੇ ਹੋਂਦ ਵਿੱਚ ਆ ਚੁੱਕੇ ਸੀ ਉਹਨਾਂ ਨੂੰ ਬਕਾਇਦਾ ਭਾਰਤ ਸਰਕਾਰ ਵੱਲੋਂ ਬਣਾਇਆ ਜਾ ਚੁੱਕਾ ਸੀ ਇਥੋਂ ਤੱਕ ਕਿ ਆਂਧਰਾ ਪ੍ਰਦੇਸ਼ ਮਧ ਪ੍ਰਦੇਸ਼ ਰਾਜਸਥਾਨ ਨਾਗਾਲੈਂਡ ਅੰਡਮਾਨ ਐਂਡ ਨਿਕੋਬਰ ਆਈਲੈਂਡਸ ਲਕਸ਼ਦੀਪ ਜਿਹੇ ਟਾਪੂ ਵੀ ਹੋਂਦ ਵਿੱਚ ਆ ਗਏ ਸੀ ਪਰ ਪੰਜਾਬ ਨੂੰ ਫਿਰ ਵੀ ਲਟਕਾਈ ਰੱਖਿਆ ਗਿਆ ਪੰਜਾਬੀ ਸੂਬਾ ਨਹੀਂ ਬਣਾਇਆ ਗਿਆ ਦੇਰਸਲ ਅੰਗਰੇਜ਼ਾਂ ਦੇ ਚਲੇ ਜਾਣ ਤੋਂ ਬਾਅਦ ਜਦੋਂ ਦੇਸ਼ ਦੀ ਵੰਡ ਹੋ ਰਹੀ ਸੀ ਤਾਂ ਪੰਜਾਬ ਦੇ ਲੀਡਰਾਂ ਦੇ ਨਾਲ ਦੇਸ਼ ਦੇ ਕੌਮੀ ਲੀਡਰਾਂ ਨੇ ਉਸ ਵੇਲੇ ਦੇ ਦੋ ਪ੍ਰਮੁੱਖ ਲੀਡਰ ਜਿਹੜੇ ਸੀ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਆਜ਼ਾਦੀ ਤੋਂ ਬਾਅਦ ਤੁਹਾਨੂੰ ਵੀ ਪੰਜਾਬੀ ਬੋਲਣ ਵਾਲਿਆਂ ਨੂੰ ਵੀ ਦੇਸ਼ ਦਾ ਇੱਕ ਖਾਸ ਖਿੱਤਾ ਦਿੱਤਾ ਜਾਊਗਾ ਜਿੱਥੇ ਉਹ ਆਜ਼ਾਦੀ ਦਾ ਨਿਗ ਮਾਣ ਸਕਣਗੇ ਭਾਵ ਉਹਨਾਂ ਦਾ ਸੂਬਾ ਵੀ ਬਣਾਇਆ ਜਾਊਗਾ ਇਹ ਵਾਅਦਾ ਕੀਤਾ ਗਿਆ ਸੀ ਪਰ ਆਜ਼ਾਦੀ ਤੋਂ ਬਾਅਦ ਜਦੋਂ ਇਹੀ ਸਾਡੇ ਪੰਜਾਬ ਦੇ ਲੀਡਰ ਉਨਾਂ ਨੂੰ ਮਿਲਣ ਗਏ ਪੁੱਛਣ ਗਏ ਕਿ ਹੁਣ ਪੰਜਾਬੀ ਸੂਬਾ ਕਦੋਂ ਬਣਾ ਰਹੇ ਹੋ ਤਾਂ ਮੋਰਚੇ ਜਵਾਬ ਮਿਲਿਆ ਸੀ ਕਿ ਅਬ ਹਾਲਾਤ ਬਦਲ ਗਏ ਹਨ ਅਬ ਪਹਿਲੇ ਵਾਲੀ ਬਾਤیں ਨਹੀਂ ਰਹੀ ਮਤਲਬ ਇੱਕ ਤਰ੍ਹਾਂ ਨਾਲ ਸਪਸ਼ਟ ਸੰਦੇਸ਼ ਦੇ ਦਿੱਤਾ ਗਿਆ ਸੀ ਕਿ ਪੰਜਾਬੀ ਸੂਬਾ ਹਾਲੇ ਬਣਨੇ ਨਹੀਂ ਲੱਗਾ ਇੱਕ ਤਰ੍ਹਾਂ ਨਾਲ ਆਪਣੇ ਪੁਰਾਣੇ ਵਾਅਦੇ ਤੋਂ ਮੁਕਰਨ ਦਾ ਐਲਾਨ ਹੋ ਗਿਆ ਸੀ ਇਸ ਤੋਂ ਬਾਅਦ ਫਿਰ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਉਸ ਵੇਲੇ ਦੇ ਲੀਡਰਾਂ ਨੇ ਬਹੁਤ ਵੱਡਾ ਸੰਘਰਸ਼ ਕੀਤਾ ਮੋਰਚੇ ਲਾਏ ਜੇਲ੍ਹਾਂ ਭਰੀਆਂ ਅੰਦੋਲਨ ਕੀਤਾ ਪੰਜਾਬੀ ਸੂਬੇ ਨੂੰ ਬਣਾਉਣ ਲਈ ਮੁਹਿੰਮ ਚਲਾਈ ਕੇਂਦਰ ਸਰਕਾਰ ਉੱਤੇ ਦਬਾਅ ਪਾਇਆ ਤਾਂ ਕਿਤੇ ਜਾ ਕੇ ਸਾਨੂੰ 1966 ਵਿੱਚ ਪਹਿਲੀ ਨਵੰਬਰ ਨੂੰ ਪੰਜਾਬੀ ਸੂਬਾ ਬਣਾਉਣ ਦਾ ਐਲਾਨ ਹੋ ਗਿਆ ਉਹੀ ਪੰਜਾਬ ਜਿਹਦੇ ਵਿੱਚ ਆਪਾਂ ਅੱਜ ਰਹਿ ਰਹੇ ਹਾਂ ਅਜੇ ਵਿੱਚ ਸਰਕਾਰ ਨੇ ਸੂਬਾ ਬਣਾ ਤਾਂ ਦਿੱਤਾ ਪਰ ਕਾਲੀ ਵਿੱਚ ਬਣਾਇਆ ਅਤੇ ਪੂਰੇ ਮਨ ਨਾਲ ਨਹੀਂ ਬਣਾਇਆ ਇਸੇ ਕਰਕੇ ਇਹਨੂੰ ਕਈ ਵਾਰ ਕਿਹਾ ਜਾਂਦਾ ਸੀ ਕਿ ਸੂਬਾ ਨਹੀਂ ਬਲਕਿ ਇੱਕ ਛੋਟੀ ਜੀ ਸੂਬੀ ਬਣਾ ਕੇ ਦੇ ਦਿੱਤੀ ਲੰਗੜਾ ਪੰਜਾਬੀ ਸੂਬਾ ਬਣਾ ਕੇ ਕੇਂਦਰ ਨੇ ਦਿੱਤਾ ਉਸ ਵੇਲੇ ਹੁਣ ਵਾਪਸ 15 ਅਗਸਤ ਵਾਲੀ ਆਜ਼ਾਦੀ ਜਾਂ ਦੇਸ਼ ਦੇ ਵਟਵਾਰੇ ਵੱਲ ਜਾਈਏ ਤਾਂ ਬਹੁਤ ਕੁਝ ਦੋਵਾਂ ਘਟਨਾਵਾਂ ਦੇ ਵਿੱਚ ਮਿਲਦਾ ਜੁਲਦਾ ਹੈ ਜਿਵੇਂ ਕਿ ਦੇਸ਼ ਦੀ ਆਜ਼ਾਦੀ 15 ਅਗਸਤ 1947 ਦੀ ਸਾਰਿਆਂ ਨੂੰ ਖੁਸ਼ੀ ਵੀ ਹੈ ਕਿ ਦੇਸ਼ ਆਜ਼ਾਦ ਹੋਇਆ ਪਰ ਨਾਲ ਦੀ ਨਾਲ ਦੁੱਖ ਵੀ ਸੀ ਕਿ ਵਟਵਾਰਾ ਵੀ ਹੋਇਆ ਬਹੁਤ ਸਾਰੇ ਲੋਕੀ ਮਾਰੇ ਗਏ ਦੰਗਾ ਫਸਾਦ ਹੋਇਆ ਠੀਕ ਇਸੇ ਤਰ੍ਹਾਂ ਪਹਿਲੀ ਨਵੰਬਰ 1966 ਨੂੰ ਪੰਜਾਬੀ ਸੂਬਾ ਬਣਤਾ ਗਿਆ ਜਿਹਦੀ ਖੁਸ਼ੀ ਵੀ ਹੋਈ ਪੰਜਾਬੀ ਬੋਲੀ ਨੂੰ ਉਹਦਾ ਆਪਣਾ ਸੂਬਾ ਪੰਜਾਬ ਮਿਲਤਾ ਗਿਆ ਪਰ ਇਹਦੀ ਵੰਡ ਤੋਂ ਕਿੰਨੀ ਕਰ ਦਿੱਤੀ ਗਈ ਕਿ ਪੰਜਾਬ ਦਾ ਨੁਕਸਾਨ ਜ਼ਿਆਦਾ ਹੋਇਆ ਅਤੇ ਫਾਇਦਾ ਘੱਟ ਹੋਇਆ ਜਿਵੇਂ 47 ਵਿੱਚ ਦੇਸ਼ ਦੀ ਵੰਡ ਹੋਈ ਸੀ ਪੰਜਾਬ ਦੀ ਵੰਡ ਵੀ ਉਸ ਵੇਲੇ ਹੋਈ ਸੀ ਪੰਜਾਬ ਦੀ ਇੱਕ ਹੋਰ ਵੰਡ 1966 ਵਿੱਚ ਸਰਕਾਰਾਂ ਨੇ ਕਰ ਦਿੱਤੀ ਅਤੇ ਪੰਜਾਬ ਦੇ ਬਹੁਤ ਸਾਰੇ ਇਲਾਕੇ ਬਦੋ ਬਦੀ ਪੰਜਾਬ ਤੋਂ ਬਾਹਰ ਦੂਜੇ ਸੂਬਿਆਂ ਨੂੰ ਦੇ ਦਿੱਤੇ ਗਏ 15 ਅਗਸਤ 1947 ਵੇਲੇ ਜੋ ਵੰਡ ਕੀਤੀ ਗਈ ਉਹ ਵੀ ਕਾਲੀ ਵਿੱਚ ਕੀਤੀ ਗਈ ਸੀ ਉਹਦੇ ਵਿੱਚ ਬਹੁਤ ਸਾਰੇ ਫੈਸਲੇ ਐਸੇ ਸੀ ਜੋ ਹੱਲੇ ਵੀ ਲਟਕ ਰਹੇ ਆ ਜਿਵੇਂ ਕਿ ਕਸ਼ਮੀਰ ਦਾ ਮੁੱਦਾ ਜੋ ਹਾਲੇ ਤੱਕ ਵੀ ਹੱਲ ਨਹੀਂ ਹੋਇਆ ਅਤੇ ਨਾ ਹੀ ਕਦੇ ਹੱਲ ਹੋਣ ਦੀ ਸੰਭਾਵਨਾ ਹੈ ਠੀਕ ਇਸੇ ਤਰ੍ਹਾਂ 1966 ਵਿੱਚ ਜਦੋਂ ਪੰਜਾਬੀ ਸੂਬਾ ਬਣਾ ਕੇ ਪੰਜਾਬ ਦੀ ਵੰਡ ਕੀਤੀ ਗਈ ਤਾਂ ਇਹਦੇ ਵਿੱਚ ਵੀ ਬਹੁਤ ਸਾਰੇ ਮੁੱਦੇ ਲਟਕਦੇ ਛੱਡ ਦਿੱਤੇ ਗਏ ਜਿਹੜੇ ਅੱਜ ਤੱਕ ਫਸੇ ਹੋਏ ਆ ਜਿਵੇਂ ਕਿ ਰਾਜਧਾਨੀ ਚੰਡੀਗੜ੍ਹ ਅਤੇ ਸਤਲੁਜ ਯਮੁਨਾ ਲਿੰਕ ਨਹਿਰ ਦਾ ਮੁੱਦਾ ਜਿਹੜਾ ਹਾਲੇ ਤੱਕ ਵੀ ਰੇੜਕਾ ਬਣਿਆ ਹੋਇਆ ਹੈ ਸੋ ਇੱਕ ਤਰ੍ਹਾਂ ਦੇ ਨਾਲ ਜੋ ਕੁਝ 15 ਅਗਸਤ 1947 ਦੀ ਵੰਡ ਵੇਲੇ ਹੋਇਆ ਠੀਕ ਕੁਝ ਕੁ ਜੋ ਉਹ ਜਿਹੇ ਹਾਲਾਤ ਪਹਿਲੀ ਨਵੰਬਰ 1966 ਨੂੰ ਪੰਜਾਬੀ ਸੂਬਾ ਬਣਾਉਣ ਲੱਗੇ ਵੀ ਕੇਂਦਰ ਸਰਕਾਰ ਨੇ ਬਣਾਤੇ ਜੋ ਅੱਜ ਤੱਕ ਉਸੇ ਤਰ੍ਹਾਂ ਫਸੇ ਹੋਏ ਆ ਪੰਜਾਬੀ ਸੂਬਾ ਬਣਾ ਤਾਂ ਦਿੱਤਾ ਗਿਆ ਪਰ ਇੱਕ ਅਧੂਰਾ ਸੂਬਾ ਬਣਾ ਕੇ ਪੰਜਾਬ ਦੇ ਲੋਕਾਂ ਨੂੰ ਦਿੱਤਾ ਗਿਆ ਇਹਦੀ ਤਾਕਤ ਘਟਾ ਦਿੱਤੀ ਗਈ ਇਹਦੀ ਵੱਡ ਟੋਕ ਇੰਨੀ ਕਰ ਦਿੱਤੀ ਕਿ ਪਹਿਲਾਂ ਵਰਗਾ ਮਜ਼ਬੂਤ ਨਹੀਂ ਰਿਹਾ ਸੋ ਕਿ ਉਹਨੂੰ ਕੇਂਦਰ ਤੇ ਨਿਰਪਰ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਕਿਵੇਂ ਆਉ ਤੁਹਾਨੂੰ ਦੱਸਦੇ ਆਂ ਸਭ ਤੋਂ ਵੱਡਾ ਪੰਜਾਬ ਦਾ ਧਕਾਏ ਕੀਤਾ ਗਿਆ ਕਿ ਦੀ ਰਾਜਧਾਨੀ ਇਹਦੀ ਆਪਣੀ ਨਹੀਂ ਬਲਕਿ ਹਰਿਆਣੇ ਦੇ ਨਾਲ ਸਾਂਝੀ ਬਣਾ ਦਿੱਤੀ ਗਈ। ਮਤਲਬ ਕਿ ਪੰਜਾਬ ਦੀ ਅੱਜ ਤੱਕ ਵੀ ਆਪਣੀ ਅਲੱਗ ਰਾਜਧਾਨੀ ਨਹੀਂ ਬਣ ਸਕੀ। ਹੁਣ ਸਾਰਿਆਂ ਨੇ ਕਿਹਾ ਕਿ ਚੰਡੀਗੜ੍ਹ ਹੈਗਾ ਹੀ ਆ। ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਪਰ ਉਹ ਹਰਿਆਣੇ ਦੀ ਵੀ ਰਾਜਧਾਨੀ ਹੈ। ਚੰਡੀਗੜ੍ਹ ਦੇ ਉੱਪਰ ਪੰਜਾਬ ਦਾ ਹੱਕ ਇਸ ਲਈ ਬਣਦਾ ਕਿਉਂਕਿ ਚੰਡੀਗੜ੍ਹ ਦਾ ਸ਼ਹਿਰ ਅੱਜ ਜਿਹੜੀ ਜਗ੍ਹਾ ਦੇ ਉੱਪਰ ਬਣਾਇਆ ਗਿਆ ਇੱਥੇ ਪੰਜਾਬ ਦੇ ਪਿੰਡ ਹੁੰਦੇ ਸੀ। ਪੁਰਾਣੀਆਂ ਰਿਪੋਰਟਾਂ ਦੱਸਦੀਆਂ ਕਿ ਤਕਰੀਬਨ 40 ਪਿੰਡਾਂ ਦਾ ਉਜਾੜਾ ਕੀਤਾ ਗਿਆ। ਲੋਕਾਂ ਨੂੰ ਉੱਥੋਂ ਵਸਦੇ ਘਰਾਂ ਵਿੱਚੋਂ ਉਠਾਇਆ ਗਿਆ ਇਹ ਕਹਿ ਕੇ ਕਿ ਇੱਥੇ ਤੁਹਾਡੀ ਰਾਜਧਾਨੀ ਬਣਾਉਣੀ ਹੈ ਤੁਹਾਡੇ ਸੂਬੇ ਪੰਜਾਬ ਦੀ ਰਾਜਧਾਨੀ ਉਹਨਾਂ ਲੋਕਾਂ ਦਾ ਪੰਜਾਬ ਪ੍ਰਤੀ ਪਿਆਰ ਦੇਖੋ ਕਿ ਉਹਨਾਂ ਨੇ ਹੱਸਦਿਆਂ ਆਪਣੇ ਘਰ ਛੱਡੇ ਆਪਣੇ ਪਿੰਡ ਛੱਡ ਦਿੱਤੇ ਤਾਂ ਕਿ ਇੱਥੇ ਪੰਜਾਬ ਦੀ ਰਾਜਧਾਨੀ ਬਣ ਸਕੇ ਪਰ ਹੋਇਆ ਕਿ ਉਹ ਰਾਜਧਾਨੀ ਪੰਜਾਬ ਦੀ ਨਹੀਂ ਬਣਾਈ ਗਈ ਸਗੋਂ ਹਰਿਆਣੇ ਨੂੰ ਵੀ ਨਾਲ ਉਹਦੇ ਵਿੱਚ ਹਿੱਸਾ ਦੇ ਦਿੱਤਾ ਗਿਆ ਹਾਲਾਂਕਿ ਉਹ ਜ਼ਮੀਨ ਪੂਰੇ ਤੌਰ ਤੇ ਪੰਜਾਬ ਦੀ ਸੀ ਮਤਲਬ ਜ਼ਮੀਨ ਪੰਜਾਬ ਦੀ ਪਰ ਰਾਜਤਾਨੀ ਹਰਿਆਣੇ ਦੀ ਵੀ 50% ਦੇ ਉਹਨੂੰ ਬਦੋਬਤੀ ਬਣਾ ਦਿੱਤਾ ਗਿਆ ਹੁਣ ਅੱਜ ਚੰਡੀਗੜ੍ਹ ਦੇ ਹਾਲਾਤ ਦੇਖ ਲਓ ਚੰਡੀਗੜ੍ਹ ਜਾ ਕੇ ਤੁਹਾਨੂੰ ਲੱਗੂਗਾ ਇਹ ਨਹੀਂ ਕਿ ਤੁਸੀਂ ਪੰਜਾਬ 'ਚ ਆ ਉਹ ਤੁਹਾਨੂੰ ਲੱਗੂਗਾ ਕਿ ਬਾਹਰਲਾ ਸੂਬਾ ਹੈ ਕਿਉਂਕਿ ਚੰਡੀਗੜ੍ਹ ਇੱਕ ਐਸਾ ਇਲਾਕਾ ਬਣ ਚੁੱਕਾ ਹੈ ਜਿਹਦੇ ਵਿੱਚੋਂ ਪੰਜਾਬੀ ਬੋਲੀ ਅਤੇ ਪੰਜਾਬੀਅਤ ਦਿਨੋ ਦਿਨ ਖਤਮ ਕੀਤੀ ਜਾ ਰਹੀ ਹੈ ਚੰਡੀਗੜ੍ਹ ਜਾ ਕੇ ਤੁਹਾਨੂੰ ਪੰਜਾਬ ਦਾ ਨਾਮੋ ਨਿਸ਼ਾਨ ਨਜ਼ਰ ਨਹੀਂ ਆਉਂਦਾ ਅਤੇ ਜੇ ਕਾਗਜ਼ੀ ਕਾਰਵਾਈ ਦੇਖੀਏ ਤਾਂ ਚੰਡੀਗੜ੍ਹ ਇੱਕ ਯੂਨੀਅਨ ਟੈਰੀਟਰੀ ਹੈ ਯਾਨੀ ਉਹਦਾ ਪੂਰਾ ਕੰਟਰੋਲ ਜਿਹੜਾ ਉਹ ਕੇਂਦਰ ਸਰਕਾਰ ਦੇ ਹੱਥਾਂ 'ਚ ਆ ਜਿੱਦਾਂ ਪੰਜਾਬ ਦੀ ਕੋਈ ਰਾਜਧਾਨੀ ਨਹੀਂ ਉਸੇ ਤਰ੍ਹਾਂ ਪੰਜਾਬ ਦੀ ਆਪਣੀ ਹਾਈ ਕੋਰਟ ਵੀ ਅਜੇ ਤੱਕ ਨਹੀਂ ਬਣ ਸਕੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜਿਵੇਂ ਰਾਜਧਾਨੀ ਸਾਂਝੀ ਉਵੇਂ ਹਾਈ ਕੋਰਟ ਵੀ ਸਾਂਝੀ ਮਤਲਬ ਪੰਜਾਬ ਦੇ ਪਿੰਡਾਂ ਦੇ ਲੋਕਾਂ ਨੂੰ ਜੇ ਅਦਾਲਤੀ ਕੰਮ ਲਈ ਹਾਈ ਕੋਰਟ ਜਾਣਾ ਪੈਂਦਾ ਤਾਂ ਉਹਨਾਂ ਨੂੰ ਚੰਡੀਗੜ੍ਹ ਜਾ ਕੇ ਗੇੜਾ ਲੋਣਾ ਪੈਂਦਾ ਇੱਕ ਹੋਰ ਬਹੁਤ ਵੱਡਾ ਧੋਖਾ ਪੰਜਾਬੀ ਸੂਬਾ ਬਣਾਉਣ ਵੇਲੇ ਪੰਜਾਬ ਦੇ ਨਾਲ ਕਰ ਦਿੱਤਾ ਗਿਆ ਕਿ ਪੰਜਾਬ ਦੇ ਆਪਣੇ ਪਾਣੀਆਂ ਦੇ ਉੱਪਰ ਪੰਜਾਬ ਦਾ ਕੋਈ ਕੰਟਰੋਲ ਨਹੀਂ ਰਹਿਣ ਦਿੱਤਾ ਗਿਆ ਪੰਜਾਬ ਦੇ ਦਰਿਆਵਾਂ ਉੱਪਰ ਜਿੰਨੇ ਵੀ ਡੈਮ ਬਣੇ ਹੋਏ ਆ ਉਹਨਾਂ ਸਾਰਿਆਂ ਦਾ ਕੰਟਰੋਲ ਕੇਂਦਰ ਸਰਕਾਰ ਨੇ ਆਪਣੇ ਹੱਥਾਂ ਵਿੱਚ ਰੱਖਿਆ ਹੋਇਆ ਜਿਵੇਂ ਕਿ ਭਾਖੜਾ ਡੈਮ ਜਦੀ ਮਿਸਾਲ ਸਭ ਤੋਂ ਵੱਡੀ ਸਾਡੇ ਸਾਹਮਣੇ ਸਾਫ਼ ਨਜ਼ਰ ਆਉਂਦੀ ਹੈ ਉਹਦੇ ਉੱਪਰ ਸਾਰਾ ਕੰਟਰੋਲ ਕੇਂਦਰ ਦਾ ਹੈ ਉਹਦੇ ਵਿੱਚੋਂ ਕਿੰਨੀ ਬਿਜਲੀ ਦੀ ਪੈਦਾਵਾਰ ਹੋਣੀ ਹੈ ਕਿਹੜੀ ਕਿੰਨੇ ਸੂਬੇ ਨੂੰ ਦਿੱਤੀ ਜਾਣੀ ਹੈ ਪੰਜਾਬ ਫੈਸਲਾ ਨਹੀਂ ਕਰ ਸਕਦਾ ਇਹਦਾ ਫੈਸਲਾ ਕੇਂਦਰ ਕਰਦਾ ਹੈ ਮਤਲਬ ਪਾਣੀ ਪੰਜਾਬ ਦਾ ਪਰ ਉਸ ਪਾਣੀ ਦੀ ਵਰਤੋਂ ਕਿੱਥੇ ਹੋਣੀ ਹੈ ਕਿੰਨੇ ਹੋਣੀ ਹੈ ਇਹ ਕੇਂਦਰ ਸਰਕਾਰ ਤੈਅ ਕਰਦੀ ਹੈ ਪੂਰੀ ਦੁਨੀਆ ਦਾ ਕਾਨੂੰਨ ਇਹ ਕਹਿੰਦਾ ਕਿ ਜਿਹੜੇ ਵੀ ਸਟੇਟ ਦੇ ਵਿੱਚ ਜੋ ਵੀ ਰਿਸੋਰਸਸ ਮਿਲਦੇ ਆ ਉਹਦੇ ਉੱਪਰ ਉਹਦਾ ਹੀ ਹੱਕ ਹੁੰਦਾ ਹੈ ਜਿਵੇਂ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਉੱਤਰਾਖੰਡ ਇਹਨਾਂ ਵਿੱਚ ਪਹਾੜ ਬਹੁਤ ਜ਼ਿਆਦਾ ਹੈ ਕੁਦਰਤੀ ਸੈਰ ਸਪਾਟੇ ਲਈ ਇਹ ਜਗ੍ਹਾ ਵਧੀਆ ਮੰਨੀ ਜਾਂਦੀ ਹੈ ਇਹਨਾਂ ਚੀਜ਼ਾਂ ਦੇ ਉੱਪਰ ਇਹਨਾਂ ਸੂਬਿਆਂ ਦਾ ਹੱਕ ਹੈ ਰਾਜਸਥਾਨ ਦੇ ਵਿੱਚ ਮਾਰਬਲ ਬਣਦਾ ਪੱਥਰ ਬਣਦਾ ਹੈ ਉਦੇ ਉੱਪਰ ਰਾਜਸਥਾਨ ਦਾ ਹੱਕ ਆ ਇਦਾਂ ਹੋਰ ਸੂਬਿਆਂ ਦੇ ਵਿੱਚ ਕੋਲਾ ਉਤਪਾਦਨ ਹੁੰਦਾ ਹੈ ਉਹਦੇ ਉੱਪਰ ਉਹਨਾਂ ਦਾ ਹੱਕ ਬਣਦਾ ਪਰ ਪੰਜਾਬ ਦੇ ਵਿੱਚ ਜੋ ਨੇਚਰਲ ਰਿਸੋਰਸ ਜੋ ਕੁਦਰਤ ਨੇ ਸਾਨੂੰ ਸਰੋਧ ਦਿੱਤੀ ਜਿਵੇਂ ਪਾਣੀ ਪਰ ਪੰਜਾਬ ਦੇ ਪਾਣੀ ਦੇ ਉੱਪਰ ਉਹਦਾ ਹੱਕ ਨਹੀਂ ਰਹਿਣ ਦਿੱਤਾ ਗਿਆ ਉਹ ਹੱਕ ਕੇਂਦਰ ਨੇ ਆਪਣੇ ਕੋਲ ਰੱਖ ਲਿਆ ਪੂਰੀ ਦੁਨੀਆ ਵਿੱਚ ਇੱਕ ਰਾਈਪੇਰੀਅਨ ਲਾਅ ਮੰਨਿਆ ਜਾਂਦਾ ਹੈ ਰਾਈਪੇਰੀਅਨ ਲਾਅ ਦਾ ਮਤਲਬ ਕਿ ਜਿਹੜਾ ਦਰਿਆ ਜਿਹੜੇ ਇਲਾਕੇ ਵਿੱਚੋਂ ਲੰਘਦਾ ਉਸ ਇਲਾਕੇ ਦਾ ਹੀ ਉਹਦੇ ਉੱਪਰ ਹੱਕ ਹੁੰਦਾ ਹੈ ਹੋਰ ਕੋਈ ਵੀ ਉਹਦੇ ਉੱਪਰ ਕਲੇਮ ਨਹੀਂ ਕਰ ਸਕਦਾ ਪਰ ਪੰਜਾਬ ਦਾ ਸਤਲੁਜ ਦਰਿਆ ਉਹਦੇ ਉੱਪਰ ਹਰਿਆਣਾ ਲਗਾਤਾਰ ਆਪਣਾ ਕਲੇਮ ਕਰਦਾ ਹੈ ਅਤੇ ਇਸ ਦੇਸ਼ ਵਿੱਚ ਰਾਈਪੇਰੀਅਨ ਕਾਨੂੰਨ ਦੀਆਂ ਵੀ ਧੱਜੀਆਂ ਉਡਾਈਆਂ ਗਈਆਂ ਅਤੇ ੱਤੇ ੱੱਕੇ ਨਾਲ ਸਤਲੁਜ ਦਾ ਪਾਣੀ ਨਾ ਸਿਰਫ ਹਰਿਆਣਾ ਨੂੰ ਦਿੱਤਾ ਜਾ ਰਿਹਾ ਬਲਕਿ ਦਿੱਲੀ ਅਤੇ ਰਾਜਸਥਾਨ ਨੂੰ ਵੀ ਦਿੱਤਾ ਜਾ ਰਿਹਾ ਜਿਨ੍ਹਾਂ ਦਾ ਹਾਲਾਂਕਿ ਇਸ ਪਾਣੀ ਦੇ ਉੱਪਰ ਕੋਈ ਹੱਕ ਨਹੀਂ ਬਣਦਾ ਪਰ ਇਹ ਹੱਕ ਕਿਹਨੇ ਦਵਾਇਆ ਇੱਕ ਵਾਰ ਫੇਰ ਕੇਂਦਰ ਸਰਕਾਰਾਂ ਨੇ ਹੀ ਦਵਾਇਆ ਚਾਹੇ ਕਿਸੇ ਵੀ ਪਾਰਟੀ ਦੀਆਂ ਹੁਣ ਉਹਨਾਂ ਨੇ ਇਸ ਮੁੱਦੇ ਉੱਤੇ ਪੰਜਾਬ ਨਾਲ ਕਦੀ ਵੀ ਇਨਸਾਫ ਨਹੀਂ ਕੀਤਾ ਪੰਜਾਬੀ ਸੂਬਾ ਬਣਾਇਆ ਇਸ ਲਈ ਗਿਆ ਸੀ ਤਾਂ ਕਿ ਪੰਜਾਬੀ ਬੋਲੀ ਨੂੰ ਇੱਕ ਸੁਰੱਖਿਅਤ ਥਾਂ ਮਿਲ ਸਕੇ ਯਾਨੀ ਪੰਜਾਬੀ ਬੋਲੀ ਦੇ ਨਾਮ 'ਤੇ ਸੂਬਾ ਬਣਿਆ ਸੀ ਪਰ ਇਸ ਦੇ ਬਾਵਜੂਦ ਪੰਜਾਬ ਸੂਬਾ ਬਣਾਉਣ ਲੱਗੇ ਬਹੁਤ ਸਾਰੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਬਾਹਰ ਦੂਜੇ ਸੂਬਿਆਂ ਨੂੰ ਦੇ ਦਿੱਤੇ ਗਏ ਜਿਵੇਂ ਕਿ ਊਨਾ ਜੋ ਕਿ ਹਿਮਾਚਲ ਪ੍ਰਦੇਸ਼ ਨੂੰ ਦੇ ਦਿੱਤਾ ਗਿਆ ਹਾਲਾਂਕਿ ਉੱਥੇ ਵੱਡੀ ਗਿਣਤੀ ਲੋਕ ਪੰਜਾਬੀ ਬੋਲਦੇ ਸੀ ਇਸੇ ਤਰ੍ਹਾਂ ਅੰਬਾਲਾ ਸਿਰਸਾ ਹਰਿਆਣੇ ਨੂੰ ਦੇ ਦਿੱਤੇ ਗਏ ਗੰਗਾ ਨਗਰ ਸ਼ਹਿਰ ਰਾਜਸਥਾਨ ਨੂੰ ਦੇ ਦਿੱਤਾ ਗਿਆ ਹਾਲਾਂਕਿ ਉੱਥੇ ਪੰਜਾਬੀ ਬੋਲੀ ਜਾਂਦੀ ਸੀ ਇਸ ਦੌਰਾਨ ਇੱਕ પાર્ટી ਉਹ ਵੀ ਸੀ ਜਿਨ੍ਹਾਂ ਨੇ ਉਸ ਵੇਲੇ 1966 ਵਿੱਚ ਪੰਜਾਬੀ ਸੂਬਾ ਬਣਨ ਦੀ ਬਹੁਤ ਵਿਰੋਧਤਾ ਕੀਤੀ ਸੀ ਜਿਨ੍ਹਾਂ ਨੇ ਲੋਕਾਂ ਨੂੰ ਉਕਸਾਇਆ ਕਿ ਤੁਸੀਂ ਆਪਣੀ ਬੋਲੀ ਪੰਜਾਬੀ ਨਹੀਂ ਲਿਖਾਉਣੀ ਕਿਉਂਕਿ ਉਹ ਨਹੀਂ ਸੀ ਚਾਹੁੰਦੇ ਕਿ ਪੰਜਾਬੀ ਦੇ ਨਾਂ 'ਤੇ ਪੰਜਾਬ ਸੂਬਾ ਬਣੇ ਇਹੋ ਜਿਹੀਆਂ ਸਾਜ਼ਿਸ਼ਾਂ ਉਦੋਂ ਵੀ ਹੋ ਰਹੀਆਂ ਸੀ ਅਤੇ ਉਸ ਤੋਂ ਬਾਅਦ ਵੀ ਹੁੰਦੇ ਆ ਰਹੀਆਂ ਸਿਰਫ ਉਹੀ ਪਾਰਟੀ ਨੇ ਹੋਰ ਵੀ ਪਾਰਟੀਆਂ ਜਿਹੜੀ ਵੀ ਪਾਰਟੀ ਸੱਤਾ ਵਿੱਚ ਆਈ ਹੈ ਉਹਨੇ ਪੰਜਾਬ ਦੇ ਨਾਲ ਹਮੇਸ਼ਾ ਮਤਰੀ ਮਾਂ ਵਾਲਾ سلوਕ ਹੀ ਕੀਤਾ ਹੈ ਇਹ ਤਾਂ ਅਸੀਂ ਉਦੋਂ ਵਾਲੇ ੱੱਕੇ ਪਰ ਉਦੋਂ ਤੋਂ ਲੈ ਕੇ ਹੁਣ ਤੱਕ ਸਨ 220 ਤੱਕ ਵੀ ਪੰਜਾਬ ਦੇ ਨਾਲ ਲਗਾਤਾਰ ੱੱਕੇ ਅਤੇ ਵਿਤਕਰੇ ਹੋ ਰਿਹਾ ਕੁਝ ਹੋਰ ਮਿਸਾਲਾਂ ਅਸੀਂ ਤੁਹਾਨੂੰ ਦੱਸ ਦਿੰਨੇ ਆ ਪੰਜਾਬ ਅੰਦਰ ਮਾਹੌਲ ਐਸਾ ਸਿਰਜ ਦਿੱਤਾ ਗਿਆ ਕਿ ਇੱਥੋਂ ਦਾ ਵਿਦਿਅਕ ਢਾਂਚਾ ਤਹਿਸ ਨਹਿਸ ਕਰ ਦਿੱਤਾ ਗਿਆ ਬੱਚਿਆਂ ਨੂੰ ਹਾਇਰ ਐਜੂਕੇਸ਼ਨ ਯਾਨੀ ਕਾਲਜ ਅਤੇ ਯੂਨੀਵਰਸਿਟੀ ਦੀ ਪੜ੍ਹਾਈ ਤੋਂ ਲਗਾਤਾਰ ਤੋੜ ਕੇ ਬਾਹਰ ਜਾਣ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਪੰਜਾਬ ਵਿੱਚ ਖੁੰਬਾ ਵਾਂਗੂ ਗੇ ਆਇਲਸ ਅਤੇ ਟੂਫਲ ਸੈਂਟਰ ਤੇ ਬਾਹਰ ਭੇਜਣ ਵਾਲੇ ਇਮੀਗ੍ਰੇਸ਼ਨ ਸੈਂਟਰ ਧੜਾ ਤੜ ਇਸੇ ਕਰਕੇ ਖੁੱਲੇ ਆ ਇੱਥੇ ਉਹਨਾਂ ਨੂੰ ਇਹੋ ਜਿਹਾ ਮਾਹੌਲ ਦਿੱਤਾ ਜਾ ਰਿਹਾ ਕਿ ਉਹਨਾਂ ਨੂੰ ਲੱਗਦਾ ਕਿ ਇੱਥੇ ਪੰਜਾਬ ਵਿੱਚ ਰਹਿਣਾ ਨਾ ਸੰਭਵ ਹੈ ਬਾਹਰ ਨਿਕਲੋ ਅਤੇ ਹੁਣ ਜਿਹੜੀ ਥਾਂ ਉਹ ਖਾਲੀ ਕਰ ਰਹੇ ਆ ਉਥੇ ਬਾਹਰੋਂ ਲਿਆ ਕੇ ਪ੍ਰਵਾਸੀ ਇੱਥੇ ਬਿਠਾਏ ਜਾ ਰਹੇ ਆ ਪੰਜਾਬ ਅੰਦਰ ਸਾਲ 1990 ਤੋਂ ਬਾਅਦ ਹੁਣ ਤੱਕ ਪਿਛਲੇ 30 ਸਾਲਾਂ ਦੌਰਾਨ ਵੱਡੇ ਪੱਧਰ ਉੱਤੇ ਪ੍ਰਵਾਸੀ ਜਨਸੰਖਿਆ ਵਧੀ ਹੈ ਲੁਧਿਆਣਾ ਸ਼ਹਿਰ ਤਾਂ ਪ੍ਰਵਾਸੀਆਂ ਦਾ ਗੜ੍ਹ ਬਣਦਾ ਜਾ ਰਿਹਾ ਹੈ ਠੀਕ ਇਸੇ ਤਰ੍ਹਾਂ ਬਾਕੀ ਪੰਜਾਬ ਵਿੱਚ ਵੀ ਹਾਲਾਤ ਬਦਲੇ ਨੇ ਅਤੇ ਪੰਜਾਬ ਦਾ ਜੋ ਸਮੀਕਰਨ ਹੈ ਉਹਨੂੰ ਬੁਰੀ ਤਰ੍ਹਾਂ ਬਦਲਿਆ ਜਾ ਰਿਹਾ ਹੈ ਇਹਦੇ ਪਿੱਛੇ ਸਿਆਸਤ ਕੰਮ ਕਰਦੀ ਹੈ ਕਿਉਂਕਿ ਸਿਆਸਤਦਾਨਾਂ ਨੇ ਉਹੀ ਲੋਕ ਲਿਆ ਕੇ ਇੱਥੇ ਬਿਠਾਉਣੇ ਆ ਜਿਹੜਾ ਉਹਨਾਂ ਨੂੰ ਵੋਟਾਂ ਪਾਉਣਗੇ ਉਹਨਾਂ ਦੇ ਲਈ ਫਾਇਦੇਮੰਦ ਹੋਣਗੇ ਉਹਨਾਂ ਨੂੰ ਪਾਵਰ ਵਿੱਚ ਲਿਆਉਣਗੇ ਇੱਕ ਚੀਜ਼ ਹੋਰ ਨੋਟ ਕਰੋ ਜਰੂਰ ਤੋਂ ਪੰਜਾਬ ਵਿੱਚ ਪ੍ਰਵਾਸੀ ਲੋਕਾਂ ਦੀ ਗਿਣਤੀ ਵਧੀ ਹੈ ਉਰੋਂ ਤੋਂ ਪੰਜਾਬ ਅੰਦਰ ਬਿਮਾਰੀਆਂ ਦੀ ਗਿਣਤੀ ਵੀ ਵਧੀ ਹੈ ਨਵੀਆਂ-ਨਵੀਆਂ ਬਿਮਾਰੀਆਂ ਪੰਜਾਬ ਅੰਦਰ ਆਈਆਂ ਜਿਵੇਂ ਲੋਕੀ ਬਾਹਰੋਂ ਆ ਕੇ ਇੱਥੇ ਵਸਦੇ ਗਏ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਅੱਜ ਤੋਂ 20 ਸਾਲ ਪਹਿਲਾਂ ਪੰਜਾਬ ਵਿੱਚ ਨਾ ਮਾਤਰ ਹੁੰਦੀ ਸੀ ਪਰ ਹੁਣ ਮਾਲਵਾ ਖਿੱਤਾ ਸਾਰਾ ਕੈਂਸਰ ਨੇ ਲਪੇਟਿਆ ਹੋਇਆ ਇਸੇ ਤਰ੍ਹਾਂ ਮਾਝੇ ਅਤੇ ਮਾਲਵੇ ਵਿੱਚ ਵੀ ਬਿਮਾਰੀਆਂ ਨੇ ਪੈਰ ਪਸਾਰ ਲਏ ਆ ਇਹਦੇ ਵਿੱਚ ਬਾਹਰਲੀ ਜਨਤਾ ਦਾ ਆ ਕੇ ਇੱਥੇ ਵਸਣਾ ਵੀ ਇੱਕ ਬਹੁਤ ਵੱਡਾ ਕਾਰਨ ਹੈ ਮੈਡੀਕਲ ਮਾਹਰ ਵੀ ਇਸ ਗੱਲ ਦੀ ਤਸਦੀਕ ਕਰਦੇ ਆ ਕਿ ਜਦੋਂ ਅਚਾਨਕ ਕਿਸੇ ਜਗ੍ਹਾ ਦਾ ਸੱਭਿਆਚਾਰ ਬਦਲਿਆ ਜਾਂਦਾ ਹੈ ਉੱਥੇ ਬਾਹਰੋਂ ਆ ਕੇ ਲੋਕੀ ਵਸਨੇ ਸ਼ੁਰੂ ਹੁੰਦੇ ਆ ਤਾਂ ਕੁਝ ਤਬਦੀਲੀ ਜ਼ਰੂਰ ਆਉਂਦੀ ਹੈ ਇਸ ਤੋਂ ਬਾਅਦ ਪੰਜਾਬ ਦੇ ਸੱਭਿਆਚਾਰ ਨੂੰ ਵੀ ਬਹੁਤ ਬੁਰੀ ਤਰ੍ਹਾਂ ਵਿਗਾੜਿਆ ਗਿਆ ਹੈ ਪਿਛਲੇ 10 ਤੋਂ 15 ਸਾਲਾਂ ਦੌਰਾਨ ਪੰਜਾਬੀ ਗੀਤ ਸੰਗੀਤ ਥਾਂ-ਥਾਂ ਹੁੰਦੇ ਸੱਭਿਆਚਾਰਕ ਮੇਲੇ ਫਿਲਮਾਂ ਟੀਵੀ ਇਹਨਾਂ ਉੱਪਰ ਪੰਜਾਬੀ ਸੱਭਿਆਚਾਰ ਦੀ ਪੇਸ਼ਕਾਰੀ ਬਹੁਤ ਬੁਰੀ ਤਰ੍ਹਾਂ ਵਿਗਾੜ ਦਿੱਤੀ ਗਈ ਹੈ ਔਰ ਤੁਹਾਨੂੰ ਐਸਾ ਰੰਗ ਦਿੱਤਾ ਗਿਆ ਕਿ ਪੰਜਾਬੀ ਆਪਣੇ ਵਿਰਸੇ ਨਾਲੋਂ ਬਹੁਤ ਛੇਤੀ ਟੁੱਟਣੇ ਸ਼ੁਰੂ ਹੋ ਗਿਆ ਕਿਉਂਕਿ ਮੀਡੀਆ ਅਤੇ ਪਰਦੇ ਉੱਤੇ ਪੇਸ਼ਕਾਰੀ ਲੋਕਾਂ ਦੀ ਮਾਨਸਿਕਤਾ ਨੂੰ ਬਹੁਤ ਤੇਜ਼ੀ ਨਾਲ ਪ੍ਰਭਾਵਿਤ ਕਰਦੀ ਹੈ ਅਤੇ ਵੀ ਇੱਕ ਬਹੁਤ ਵੱਡੀ ਸਾਜ਼ਿਸ਼ ਪੰਜਾਬ ਦੇ ਖਿਲਾਫ ਹੋਈ ਹੈ ਇੱਕ ਭੋਰ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਕੀਤਾ ਹੈ ਡੇਰਾਵਾਦ ਨੇ ਪੰਜਾਬ ਵਿੱਚ ਵੱਡੇ ਪੱਧਰ ਉੱਤੇ ਸਿਆਸਤਦਾਨਾਂ ਨੇ ਸ਼ਹਿ ਦੇ ਕੇ ਜ਼ਮੀਨਾਂ ਦਵਾ ਦਵਾ ਕੇ ਡੇਰੇ ਬਣਵਾਏ ਅਤੇ ਡੇਰੇਦਾਰਾਂ ਦੇ ਵੋਟਾਂ ਉਤੇ ਅੱਖ ਰੱਖਣ ਦੀ ਖਾਤਰ ਪੰਜਾਬ ਵਿੱਚ ਇੱਕ ਨਵੀਂ ਮੁਸੀਬਤ ਖੜੀ ਕਰ ਦਿੱਤੀ ਡੇਰਾਵਾਦ ਨੇ ਪੰਜਾਬ ਦੇ ਲੋਕਾਂ ਨੂੰ ਕੁਰਾਹੇ ਆਇਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਤੇ ਇਸ ਦੀਆਂ ਬਹੁਤ ਸਾਰੀਆਂ ਮਿਸਾਲਾਂ ਸਾਡੇ ਸਾਹਮਣੇ ਆ ਚੁੱਕੀਆਂ ਨੇ ਲੋਕਾਂ ਨੂੰ ਸੱਚੇ ਧਰਮ ਨਾਲੋਂ ਤੋੜ ਕੇ ਕਿਸੇ ਵਿਅਕਤੀ ਵਿਸ਼ੇਸ਼ ਕਿਸੇ ਡੇਰੇਦਾਰ ਦੇ ਮਗਰ ਲਾ ਕੇ ਇੱਕ ਤਰ੍ਹਾਂ ਦੇ ਨਾਲ ਸਿਆਸਤਦਾਨਾਂ ਨੇ ਸਿਰਫ ਆਪਣੀਆਂ ਵੋਟਾਂ ਬਣਾਉਣ ਦਾ ਕੰਮ ਕੀਤਾ ਹੈ ਅਤੇ ਸਭ ਤੋਂ ਵੱਡਾ ਵਾਰ ਜੋ ਪੰਜਾਬ ਦੇ ਉੱਪਰ ਹੋਇਆ ਉਹ ਹੈ ਨਸ਼ਿਆਂ ਦਾ ਜਾਲ ਵਿਛਾ ਦਿੱਤਾ ਗਿਆ ਨੌਜਵਾਨ ਪੀੜੀ ਨੂੰ ਨਸ਼ਿਆਂ ਵਿੱਚ ਗਲਤਾਨ ਕੀਤਾ ਗਿਆ ਅਤੇ ਨਾ ਹਮੇਸ਼ਾ ਹੀ ਲੱਗਦਾ ਕਿ ਨਸ਼ੇ ਸਰਹੱਦ ਪਾਰ ਤੋਂ ਆਉਂਦੇ ਆ ਪਰ ਉੱਥੇ ਇੰਨੀ ਸਿਕਿਉਰਿਟੀ ਹੋਣ ਦੇ ਬਾਵਜੂਦ ਨਸ਼ੇ ਕਿੱਦਾਂ ਆ ਜਾਂਦੇ ਆ ਇਹ ਕੋਈ ਨਹੀਂ ਦੱਸਦਾ।ਦਰਅਸਲ ਸੱਚ ਇਹ ਹੈ ਕਿ ਨਸ਼ੇ ਅੰਦਰੋਂ ਹੀ ਬਣਦੇ ਆ ਅਤੇ ਅੰਦਰੋਂ ਹੀ ਪੰਜਾਬ ਵਿੱਚ ਵਰਤਾਏ ਗਏ ਤਾਂ ਕਿ ਨੌਜਵਾਨ ਪੀੜੀ ਨੂੰ ਨਸ਼ਿਆਂ ਵਿੱਚ ਇੰਨਾ ਕਮਜ਼ੋਰ ਕਰ ਦਿੱਤਾ ਜਾਏ, ਇੰਨਾ ਉਹਨਾਂ ਦਾ ਖੂਨ ਠੰਡਾ ਕਰ ਦਿੱਤਾ ਜਾਏ ਕਿ ਉਹ ਸਵਾਲ ਪੁੱਛਣੇ ਹੀ ਬੰਦ ਕਰ ਦੇਣ। ਉਹਨਾਂ ਦਾ ਖੂਨ ਨਾ ਖੋਲੇ ਕਿਉਂਕਿ ਇਤਿਹਾਸ ਗਵਾਹ ਹੈ ਪੰਜਾਬ ਦੇ ਨੌਜਵਾਨ ਹਮੇਸ਼ਾ ਹਰ ਸੰਘਰਸ਼ ਨੂੰ ਮੂਹਰੇ ਹੋ ਕੇ ਲੜਦੇ ਰਹੇ ਆ ਹਰ ਕ੍ਰਾਂਤੀ ਲਿਆਉਣ ਵਿੱਚ ਉਹਨਾਂ ਨੇ ਅਹਿਮ ਭੂਮਿਕਾ ਨਿਭਾਈ ਹੈ ਉਸੇ ਤਰ੍ਹਾਂ ਦੀ ਕ੍ਰਾਂਤੀ ਦੁਬਾਰਾ ਨਾ ਜਾਵੇ ਇਸੇ ਲਈ ਵੱਡੇ ਪੱਧਰ ਉੱਤੇ ਪੰਜਾਬ ਵਿੱਚ ਨਸ਼ਿਆਂ ਦਾ ਜਾਲ ਵਿਛਾਇਆ ਗਿਆ ਅਤੇ ਪੰਜਾਬ ਦੀ ਨੌਜਵਾਨ ਪੀੜੀ ਨੂੰ ਨਕਾਰਾ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਗਈ ਇਹ ਉਹ ਹੱਲਾ ਸੀ ਜੋ ਪੰਜਾਬ ਦੇ ਉੱਪਰ ਸਭ ਤੋਂ ਵੱਡੇ ਵਾਰ ਵਜੋਂ ਸਾਹਮਣੇ ਆਇਆ ਉਪਰੋਂ ਬੇਰੋਜ਼ਗਾਰੀ ਅਤੇ ਆਰਥਿਕ ਮੰਦੀ ਦਾ ਸ਼ਿਕਾਰ ਨੌਜਵਾਨ ਪੀੜੀ ਨਸ਼ਿਆਂ ਵੱਲ ਜਾਣੀ ਸੁਭਾਵਕ ਸੀ ਹਾਲਾਤ ਇਹੋ ਜਿਹੇ ਬਣਾ ਦਿੱਤੇ ਗਏ ਕਿ ਨਸ਼ਿਆਂ ਦਾ ਪਸਾਰਾ ਪੰਜਾਬ ਵਿੱਚ ਹੋਇਆ ਸੋ ਇਸ ਤਰ੍ਹਾਂ ਤੁਸੀਂ ਵੇਖ ਲਿਆ ਕਿ ਜਿੰਨੇ ਤੱਕੇ ਪੰਜਾਬ ਨਾਲ ਹੋਏ ਆ ਉਹਦੀ ਲਿਸਟ ਬਹੁਤ ਲੰਮੀ ਹੈ ਇੰਨੇ ਤੱਕੇ ਕਿਸੇ ਹੋਰ ਸੂਬੇ ਨਾਲ ਹੋਏ ਹੁੰਦੇ ਤਾਂ ਉਹਨੇ ਹੁਣੋਂ ਖਤਮ ਹੋ ਜਾਣਾ ਸੀ ਤਬਾਹ ਹੋ ਜਾਣਾ ਸੀ ਪਰ ਇਹ ਸਿਰਫ ਪੰਜਾਬ ਹੀ ਆ ਕਿ ਇੰਨੇ ਤੱਕੇ ਇੰਨੇ ਵਿਤਕਰੇ ਤੇ ਇੰਨੇ ਹਮਲੇ ਚੱਲ ਗਿਆ ਉਹਦਾ ਪ੍ਰਮੁੱਖ ਕਾਰਨ ਇਹ ਹੀ ਹੈ ਕਿ ਪੰਜਾਬ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਹੈ ਇਹਦੇ ਉੱਪਰ ਖਾਸ ਕਿਰਪਾ ਹੈ ਇਹ ਧਰਤੀ ਕੋਈ ਆਮ ਧਰਤੀ ਨਹੀਂ ਖਾਸ ਤਾਕਤਾਂ ਵਾਲੀ ਧਰਤੀ ਹੈ ਇੰਨੇ ਹਮਲਿਆਂ ਦੇ ਬਾਵਜੂਦ ਅੱਜ ਵੀ ਪੰਜਾਬ ਇੱਕ ਖੁਸ਼ਹਾਲ ਸੂਬਾ ਹੈ ਕਿਸੇ ਵੇਲੇ ਨੰਬਰ 1 ਸੀ ਹੁਣ ਨੰਬਰ 1 ਤਾਂ ਨਹੀਂ ਰਿਹਾ ਪਰ ਫਿਰ ਵੀ ਬਹੁਤ ਸਾਰੇ ਸੂਬਿਆਂ ਨਾਲੋਂ ਹਾਲੇ ਵੀ ਬਹੁਤ ਵਧੀਆ ਹੈ ਇੰਨੇ ਧੱਕਿਆਂ ਦੇ ਬਾਵਜੂਦ ਪੰਜਾਬ ਅੱਜ ਵੀ ਦੇਸ਼ ਦੀ ਤਰੱਕੀ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਿਹਾ ਜਿਵੇਂ ਕਿ ਪੁਰਾਣੇ ਜ਼ਮਾਨੇ ਚ ਪਾਇਆ ਕਰਦਾ ਸੀ ਪੰਜਾਬ ਦੇ ਯੋਗਦਾਨ ਬਾਰੇ ਵੀ ਗੱਲ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਪੰਜਾਬ ਨੇ ਇਸ ਦੇਸ਼ ਨੂੰ ਅੱਗੇ ਤੋਰਨ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ ਪੁਰਾਣੇ ਜ਼ਮਾਨਿਆਂ ਤੋਂ ਇਤਿਹਾਸ ਫਰੋਲ ਕੇ ਵੇਖ ਲਓ ਗੁਰੂ ਸਾਹਿਬ ਦੇ ਜ਼ਮਾਨਿਆਂ ਤੋਂ ਮੁਗਲਾਂ ਦੇ ਖਿਲਾਫ ਜੇਕਰ ਕਿਸੇ ਨੇ ਟੱਕਰ ਲਈ ਸੀ ਤਾਂ ਉਹ ਪੰਜਾਬ ਹੀ ਸੀ ਸਾਰਾ ਦੇਸ਼ ਮੁਗਲਾਂ ਦੇ ਮੂਹਰੇ ਸਿਰ ਝੁਕਾ ਗਿਆ ਸੀ ਕੋਈ ਵੀਰ ਯੋद्धा ਨਹੀਂ ਸੀ ਉੱਠਿਆ ਗੁਰੂ ਸਾਹਿਬਾਨ ਨੇ ਉਹ ਮਗਲ ਹਕੂਮਤ ਦੇ ਖਿਲਾਫ ਆਵਾਜ਼ ਉਠਾਈ ਲੜਾਈ ਵੀ ਲੜੀ ਕੁਰਬਾਨੀਆਂ ਵੀ ਦਿੱਤੀਆਂ ਤੇ ਦੇਸ਼ ਨੂੰ ਬਚਾਇਆ ਉਸ ਤੋਂ ਬਾਅਦ ਆਜ਼ਾਦੀ ਦੇ ਲਈ ਜਦੋਂ ਅੰਗਰੇਜ਼ਾਂ ਦੇ ਖਿਲਾਫ ਸੰਘਰਸ਼ ਵਿੱਢਿਆ ਗਿਆ ਉਹਦੇ ਵਿੱਚ ਵੀ ਪੰਜਾਬੀਆਂ ਨੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਪੰਜਾਬ ਤੋਂ ਹੀ ਕ੍ਰਾਂਤੀ ਉੱਠੀ ਸਾਰਾ ਦੇਸ਼ ਅੰਗਰੇਜ਼ਾਂ ਦਾ ਗੁਲਾਮ ਬਣ ਗਿਆ ਸੀ ਪੰਜਾਬ ਆਖਰੀ ਰਿਆਸਤ ਅਤੇ ਆਖਰੀ ਸੂਬਾ ਸੀ ਜਿਹੜਾ ਸਭ ਤੋਂ ਮਗਰੋਂ ਅੰਗਰੇਜ਼ਾਂ ਦੇ ਕਬਜ਼ੇ ਹੇਠ ਆਇਆ ਸੀ ਆਜ਼ਾਦੀ ਦੇ ਸੰਘਰਸ਼ ਵਿੱਚ ਪੰਜਾਬੀਆਂ ਨੇ 90 ਫੀਸਦੀ ਦੇ ਕਰੀਬ ਕੁਰਬਾਨੀਆਂ ਦਿੱਤੀਆਂ ਸਭ ਤੋਂ ਜ਼ਿਆਦਾ ਕੁਰਬਾਨੀਆਂ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੀਆਂ ਸੀ ਇਸ ਤੋਂ ਬਾਅਦ ਸਨ 70 ਦੇ ਦਹਾਕੇ ਵਿੱਚ ਜਦੋਂ ਦੇਸ਼ ਵਿੱਚ ਐਮਰਜੈਂਸੀ ਲੱਗ ਗਈ ਸਾਰਾ ਕੁਝ ਠੱਪ ਹੋ ਗਿਆ ਸੀ ਉਸ ਵੇਲੇ ਵੀ ਪੰਜਾਬ ਦੀ ਧਰਤੀ ਨੇ ਹੀ ਪੂਰੇ ਦੇਸ਼ ਨੂੰ ਅਗਵਾਈ ਦਿੱਤੀ ਅਤੇ ਐਮਰਜੈਂਸੀ ਨੂੰ ਹਟਾਉਣ ਵਿੱਚ ਪੰਜਾਬ ਅਤੇ ਪੰਜਾਬੀਆਂ ਦਾ ਸਭ ਤੋਂ ਵੱਡਾ ਯੋਗਦਾਨ ਸੀ ਇਨੀਆਂ ਕੁਰਬਾਨੀਆਂ ਇਨੀਆਂ ਗ੍ਰਿਫਤਾਰੀਆਂ ਪੰਜਾਬ ਦੇ ਲੋਕਾਂ ਨੇ ਦਿੱਤੀਆਂ ਕਿ ਜੇਲ੍ਹਾਂ ਘਟ ਪੈ ਗਈਆਂ ਸੀ ਤੇ ਸਰਕਾਰ ਨੂੰ ਲੋਕੀ ਰਿਹਾ ਕਰਨੇ ਪਏ ਸੀ ਤੇ ਐਮਰਜੈਂਸੀ ਹਟਾਉਣ ਦੇ ਲਈ ਮਜਬੂਰ ਹੋਣਾ ਪਿਆ ਸੀ ਪੰਜਾਬ ਦੇ ਕਰਕੇ ਫਿਰ ਇੱਕ ਟਾਈਮ ਐਸਾ ਵੀ ਆਇਆ ਜਦੋਂ ਦੇਸ਼ ਵਿੱਚ ਭੁੱਖਮਰੀ ਫੈਲ ਰਹੀ ਸੀ ਦੇਸ਼ ਦੇ ਲੋਕਾਂ ਨੂੰ ਖਾਣ ਲਈ ਅਨਾਜ ਨਹੀਂ ਸੀ ਮਿਲ ਰਿਹਾ ਉਸ ਵੇਲੇ ਪੰਜਾਬ ਉੱਤੇ ਗ੍ਰੀਨ ਰੈਵੋਲੂਸ਼ਨ ਨਾਂ ਦੀ ਇੱਕ ਚੀਜ਼ ਥੋਪੀ ਗਈ ਪਰ ਪੰਜਾਬ ਨੇ ਇਹਨੂੰ ਵੀ ਔਖੇ-ਸੌਖੇ ਅਪਣਾਇਆ ਅਤੇ ਸਾਰੇ ਦੇਸ਼ ਦੇ ਭੁੱਖੇ ਲੋਕਾਂ ਦਾ ਢਿੱਡ ਭਰਿਆ ਆਪਣਾ ਪਾਣੀ ਵਾਤ ਕੇ ਆਪਣੀ ਜ਼ਮੀਨੇ ਤੋਂ ਪਾਣੀ ਦੀ ਵਰਤੋਂ ਕਰਦੇ ਆਂ ਪੰਜਾਬ ਨੇ ਰਿਕਾਰਡ ਤੋੜ ਖੇਤੀਬਾੜੀ ਅਤੇ ਅਨਾਜ ਪੈਦਾ ਕਰਕੇ ਦੇਸ਼ ਨੂੰ ਇੰਨੇ ਜੋਗਾ ਕਰ ਦਿੱਤਾ ਕਿ ਬਾਹਰੋਂ ਅਨਾਜ ਮੰਗਵਾਉਣ ਦੀ ਲੋੜ ਖਤਮ ਹੋ ਗਈ ਦੇਸ਼ ਦੇ ਅੰਦਰੋਂ ਹੀ ਲੋੜ ਜੋਗਾ ਅਨਾਜ ਪੈਦਾ ਹੋਣਾ ਸ਼ੁਰੂ ਹੋ ਗਿਆ ਇਹ ਪੰਜਾਬ ਦੀ ਹੀ ਦੇਣ ਸੀ ਦੇਸ਼ ਦੀ ਖਾਤਰ ਇੰਨੀਆਂ ਕੁਰਬਾਨੀਆਂ ਇਨਾ ਕੁਝ ਕਰਦੇ ਹੋਏ ਪੰਜਾਬ ਨੇ ਆਪਣਾ ਖੁਦ ਦਾ ਬਹੁਤ ਨੁਕਸਾਨ ਕੀਤਾ ਆਪਣੇ ਸਰੋਤ ਮੁਕਾਏ ਆਪਣੇ ਸਾਧਨ ਘਟਾਏ ਪਰ ਫਿਰ ਵੀ ਹੱਸ ਕੇ ਚੱਲਿਆ ਹਾਲਾਂਕਿ ਆਲੇ ਦੁਆਲੇ ਵੇਖਿਆ ਥੋੜਾ ਦੁੱਖ ਵੀ ਹੁੰਦਾ ਹੈ ਕਿ ਜੋ ਅਸਲੀ ਪੰਜਾਬ ਦੀ ਤਸਵੀਰ ਸੀ ਉਹ ਅੱਜ ਕੱਲ ਨਜ਼ਰ ਨਹੀਂ ਆਉਂਦੀ ਪੰਜਾਬ ਉਹ ਇਲਾਕਾ ਜਿੱਦੀ ਜ਼ਮੀਨ ਪੂਰੇ ਦੇਸ਼ ਵਿੱਚ ਸਭ ਤੋਂ ਜ਼ਿਆਦਾ ਉਪਜਾਊ ਸੀ ਜਿੱਥੇ ਪਾਣੀ ਦੇ ਬਹੁਤ ਜ਼ਿਆਦਾ ਸਰੋਤ ਸੀ ਜਿੱਥੋਂ ਦਾ ਮੌਸਮ ਸਭ ਤੋਂ ਵਧੀਆ ਮੰਨਿਆ ਜਾਂਦਾ ਸੀ ਜਿੱਥੋਂ ਦੇ ਲੋਕ ਸਭ ਤੋਂ ਜ਼ਿਆਦਾ ਤੰਦਰੁਸਤ ਹੋਇਆ ਕਰਦੇ ਸੀ ਜਿੱਥੋਂ ਦਾ ਮਾਹੌਲ ਸਭ ਤੋਂ ਜ਼ਿਆਦਾ ਸੋਹਣਾ ਖੁਸ਼ਗਵਾਰ ਅਤੇ ਖੁੱਲਾ ਡੁੱਲਾ ਹੋਇਆ ਕਰਦਾ ਸੀ ਉਹ ਸਭ ਕੁਝ ਹੁਣ ਵਿਖਾਈ ਨਹੀਂ ਦਿੰਦਾ ਹੁਣ ਇਹ ਸਾਰੀਆਂ ਚੀਜ਼ਾਂ ਪੁਰਾਣੀਆਂ ਫਿਲਮਾਂ ਵਿੱਚ ਹੀ ਨਜ਼ਰ ਆਉਂਦੀਆਂ ਜੇ ਆਪਾਂ 70 ਦੇ 80 ਦੇ ਦਹਾਕੇ ਵਿੱਚ ਬਣੀ ਕੋਈ ਪੰਜਾਬੀ ਫਿਲਮ ਦੇਖੀਏ ਉਹਦੇ ਵਿੱਚ ਇਹ ਚੀਜ਼ਾਂ ਨਜ਼ਰ ਆਉਂਦੀਆਂ ਸੱਥਾਂ ਗਾਇਬ ਹੋ ਗਈਆਂ ਭਾਈਚਾਰਾ ਘਟਿਆ ਬਹੁਤ ਸਾਰੀਆਂ ਤਬਦੀਲੀਆਂ ਆ ਗਈਆਂ ਵੱਡੇ ਵੱਡੇ ਸ਼ਾਪਿੰਗ ਮਾਲਸ ਉੱਚੀਆਂ ਬਿਲਡਿੰਗਾਂ ਲਿਸ਼ਕ ਦੀਆਂ ਗੱਡੀਆਂ ਮੋਬਾਈਲ ਫੋਨ ਇਹ ਸਾਰਾ ਕੁਝ ਡਿਵੈਲਪਮੈਂਟ ਵਿਕਾਸ ਦੇ ਸੂਚਕ ਮੰਨੇ ਜਾਂਦੇ ਆ ਪਰ ਇਹੋ ਜਿਹੇ ਡਿਵੈਲਪਮੈਂਟ ਦਾ ਨੁਕਸਾਨ ਵੀ ਬਹੁਤ ਹੁੰਦਾ ਹੈ ਅਤੇ ਉਹ ਵੀ ਪੰਜਾਬ ਅੱਜਕੱਲ ਵੇਖ ਰਿਹਾ ਹੈ ਇੱਕ ਹੋਰ ਚੀਜ਼ ਪੰਜਾਬ ਨੇ ਹਮੇਸ਼ਾ ਵੇਖੀ ਹੈ ਉਹ ਹੈ ਲੀਡਰਸ਼ਿਪ ਦੀ ਘਾਟ ਪੰਜਾਬ ਨੂੰ ਬਹੁਤ ਸਮੇਂ ਤੋਂ ਕੋਈ ਵੀ ਚੰਗਾ ਲੀਡਰ ਨਹੀਂ ਮਿਲਿਆ ਜੋ ਖੁੱਲ ਕੇ ਡਟ ਕੇ ਹਿੱਕ ਤਾਣ ਕੇ ਪੰਜਾਬ ਦੀ ਗੱਲ ਕਰ ਸਕੇ ਪੰਜਾਬ ਦੇ ਹੱਕਾਂ ਲਈ ਖੜ ਸਕੇ ਬੜੇ ਦੁੱਖ ਦੀ ਗੱਲ ਹੈ ਕਿ ਸਾਡੇ ਇੰਡੀਆ ਦੇ ਬਾਕੀ ਸੂਬਿਆਂ ਵਿੱਚ ਮਹਾਰਾਸ਼ਟਰ ਦੇ ਲੀਡਰ ਮਰਾਠੀ ਦੀ ਗੱਲ ਵੀ ਕਰਦੇ ਆ ਅਤੇ ਮਹਾਰਾਸ਼ਟਰ ਦੇ ਹੱਕਾਂ ਦੀ ਗੱਲ ਵੀ ਕਰਦੇ ਆ ਗੁਜਰਾਤੀ ਆਪਣੇ ਸੂਬੇ ਦੀ ਗੱਲ ਜ਼ਰੂਰ ਕਰਦੇ ਆ ਇਹਦੀ ਦੱਖਣ ਭਾਰਤ ਦੇ ਕੇਰਲਾ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਉੱਤਰਾਖੰਡ ਹਰ ਸੂਬੇ ਵਾਲੇ ਆਪਣੇ ਸੂਬੇ ਦੀ ਗੱਲ ਠੋਕ ਕੇ ਕਰਦੇ ਆ ਪਰ ਪੰਜਾਬ ਦਾ ਕੋਈ ਵੀ ਲੀਟਰ ਪੰਜਾਬ ਦੇ ਹੱਕ ਦੀ ਗੱਲ ਨਹੀਂ ਕਰਦਾ ਜੇ ਕਰਦਾ ਵੀ ਹੈ ਤਾਂ ਸਿਰਫ ਮੂੰਹ ਬਚਾਉਣ ਦੇ ਲਈ ਲੋਕਾਂ ਵਿੱਚ ਜਾਣ ਜੋਗੇ ਹੋਣ ਲਈ ਆਪਣੇ ਆਪ ਨੂੰ ਪੰਜਾਬ ਦਾ ਰਾਖਾ ਹੁਣ ਦਾ ਦਾਵਾ ਕਰਨ ਵਾਲੇ ਲੀਡਰ ਵੀ ਸੱਤਾ ਦਾ ਆਨੰਦ ਤਾਂ ਮੰਗ ਗਏ ਪਰ ਪੰਜਾਬ ਦਾ ਉਹਨਾਂ ਨੇ ਸਵਾਰਿਆ ਕੁਛ ਨਹੀਂ ਬਲਕਿ ਆਪਣੀਆਂ ਹੀ ਜੇਬਾਂ ਭਰੀਆਂ ਕੋਈ ਕਿਸੇ ਵੀ ਧਰਮ ਦਾ ਹੋਵੇ ਕਿਸੇ ਵੀ ਪਾਰਟੀ ਦਾ ਹੋਵੇ ਪੰਜਾਬ ਸਾਰਿਆਂ ਦਾ ਸਾਂਝਾ ਹੈ ਅਤੇ ਸਾਰਿਆਂ ਨੂੰ ਪੰਜਾਬ ਦੇ ਹੱਕ ਵਿੱਚ ਖੜਨਾ ਚਾਹੀਦਾ ਕਿਉਂਕਿ ਜੇ ਪੰਜਾਬ ਤਾਕਤਵਰ ਆ ਤਾਂ ਹੀ ਇੰਡੀਆ ਤਾਕਤਵਰ ਆ ਇਹ ਇਤਿਹਾਸ ਵੀ ਇਸ ਗੱਲ ਦੀ ਗਵਾਹੀ ਭਰਦਾ ਹੈ ਅਤੇ ਆਪਾਂ ਸਾਰੇ ਵੀ ਚੰਗੀ ਤਰ੍ਹਾਂ ਭੱਲੀ ਭਾਂਤ ਜਾਣੂ ਆ ਦੇਸ਼ ਦੇ ਨਾਗਰਿਕ ਵੀ ਜੋ ਸੂਝਵਾਨ ਆ ਉਹ ਇਸ ਗੱਲ ਨੂੰ ਹਮੇਸ਼ਾ ਮੰਨਦੇ ਆ ਇਸ ਵੇਲੇ ਲੋੜ ਹੈ ਪੰਜਾਬ ਦੇ ਲੋਕਾਂ ਨੂੰ ਪੰਜਾਬ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਣ ਦੀ ਇਹ ਸੂਬਾ ਮਹਾਨ ਆ ਇਹਦੇ ਵਰਗਾ ਹੋਰ ਕੋਈ ਸੂਬਾ ਪੂਰੀ ਦੁਨੀਆ ਚ ਨਹੀਂ ਲੱਭਣਾ ਇਸ ਲਈ ਮਾਣ ਹੋਣਾ ਚਾਹੀਦਾ ਆਪਣੇ ਪੰਜਾਬੀ ਹੋਣ ਤੇ ਪੰਜਾਬੀ ਬੋਲੀ ਉਤੇ ਅਤੇ ਪੰਜਾਬ ਦੇ ਵਸਨੀਕ ਹੋਣ ਤੇ ਅਤੇ ਇਹਦੇ ਲਈ ਜੋ ਵੀ ਅਸੀਂ ਕਰ ਸਕਦੇ ਹਾਂ ਕਰਨਾ ਚਾਹੀਦਾ ਹੈ ਲੀਡਰਾਂ ਤੋਂ ਆਸ ਛੱਡ ਕੇ ਸਾਨੂੰ ਖੁਦ ਪੰਜਾਬ ਦੇ ਹੱਕਾਂ ਲਈ ਖੜਨਾ ਚਾਹੀਦਾ ਹੈ ਚੇਤੇ ਰੱਖੋ ਕਿ ਉਹੀ ਧਰਤੀ ਹੈ ਜਿੱਥੇ ਕਿਸੇ ਵੇਲੇ ਸਰਬੱਤ ਖਾਲਸਾ ਵਰਗੇ ਆਯੋਜਨ ਹੋਇਆ ਕਰਦੇ ਸੀ ਸਰਬੱਤ ਖਾਲਸਾ ਜਿੱਥੇ ਉਹ ਲੀਡਰ ਫੈਸਲਾ ਨਹੀਂ ਸੀ ਕਰਦਾ ਹਾਜ਼ਰ ਲੋਕ ਜੋ ਮੂਰੇ ਬੈਠੇ ਹੁੰਦੇ ਸੀ ਉਹ ਮਿਲ ਕੇ ਫੈਸਲਾ ਕਰਦੇ ਸੀ ਉਹ ਲੀਡਰਾਂ ਨੂੰ ਦੱਸਦੇ ਸੀ ਕਿ ਹੁਣ ਆਹ ਚੀਜ਼ ਹੋਣੀ ਚਾਹੀਦੀ ਹੈ ਆਸਿਆ ਕਿ ਇਤਿਹਾਸ ਦੁਹਰਾਊਗਾ ਪੰਜਾਬ ਫੇਰ ਉਸੇ ਤਰ੍ਹਾਂ ਸੋਨੇ ਦੀ ਚਿੜੀ ਬਣੂਗਾ ਨੰਬਰ 1 ਬਣੂਗਾ ਕਿਉਂਕਿ ਪੰਜਾਬ ਨੰਬਰ 1 ਹੋਣ ਦਾ ਹੱਕਦਾਰ ਹੈ ਬਿਲਕੁਲ ਹੈ ਆਪਣੇ ਕਮੈਂਟਸ ਦੇ ਰਾਹੀਂ ਦੱਸੋ ਕਿ ਤੁਸੀਂ ਪੰਜਾਬ ਦੇ ਬਾਰੇ ਕੀ ਸੋਚਦੇ ਹੋ ਪੰਜਾਬ ਦੀ ਮੌਜੂਦਾ ਹਾਲਤ ਬਾਰੇ ਕੀ ਸੋਚਦੇ ਹੋ ਅਤੇ ਇਹਦੇ ਬਾਰੇ ਆਪਣੇ ਵਿਚਾਰ ਸੁਝਾਅ ਸਾਡੇ ਨਾਲ ਜ਼ਰੂਰ ਸਾਂਝੇ ਕਰੋ ਜਿਸ ਐਪੀਸੋਡ ਵਿੱਚ ਕੁਝ ਗੱਲਾਂ ਕੰਮ ਦੀਆਂ ਲੱਗੀਆਂ ਤਾਂ ਇਸ ਐਪੀਸੋਡ ਨੂੰ ਪੰਜਾਬ ਦੇ ਹੋਰ ਨਾਂ ਲੋਕਾਂ ਤੱਕ ਪੰਜਾਬ ਦੇ ਸਾਰੇ ਵਸਨੀਕਾਂ ਤੱਕ ਜ਼ਰੂਰ ਸਾਂਝਾ ਕਰੋ ਇਸ ਨੂੰ ਸ਼ੇਅਰ ਤੇ ਫਾਰਵਰਡ ਜ਼ਰੂਰ ਕਰਿਓ ਤਾਂ ਕਿ ਹਰ ਪੰਜਾਬੀ ਨੂੰ ਪੰਜਾਬ ਦੇ ਵਿਸਤਿ ਇਤਿਹਾਸ ਦਾ ਜ਼ਰੂਰ ਪਤਾ ਹੋਵੇ ਪੰਜਾਬ ਦੇ ਨਾਲ ਹੋਏ ਤੱਕੇ ਬਾਰੇ ਜ਼ਰੂਰ ਪਤਾ ਲੱਗੇ ਪੰਜਾਬ ਬਾਰੇ ਇਹ ਐਪੀਸੋਡ ਵੇਖਣ ਲਈ ਤੁਹਾਡਾ ਬਹੁਤ ਧੰਨਵਾਦ